ਸੋ 2 ਕੁ ਦਿਨਾਂ ਦੇ ਵਿੱਚ ਹੀ ਆਪਾਂ ਦੇਖਿਆ ਕਿ 5 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਵੱਧ ਗਿਆ ਹੋਇਆ, ਔਰ ਸੂਰਜ ਵੀ ਥੋੜ੍ਹਾ ਜਿਹਾ ਅੱਜ ਤੋਂ ਪਿਛਾਂ ਜੀ ਦਿਖਾ ਰਿਹਾ। ਸੋ ਆਪਾਂ ਨੂੰ ਲੱਗ ਰਿਹਾ ਹੈ ਕਿ ਸਾਨੂੰ ਥੋੜ੍ਹਾ ਜਿਹਾ ਸ਼ੀਤ ਲਹਿਰ ਤੋਂ ਛੁਟਕਾਰਾ ਮਿਲ ਰਿਹਾ, ਲੇਕਿਨ ਅਪਕਮਿੰਗ ਡੇਜ਼ ਜਿਹੜੇ ਸਨੀ ਡੇਜ਼ ਇਸ ਤਰ੍ਹਾਂ ਦੇਖਣ ਨੂੰ ਮਿਲਣਗੇ ਕਿ ਨਹੀਂ ਮਿਲਣਗੇ, ਜਿਸ ਤਰ੍ਹਾਂ ਅੱਜ ਥੋੜ੍ਹਾ ਜਿਹਾ ਧੁੱਪ ਛਾਂ ਬਣੀ ਰਹੀ ਹੈਗੀ ਹੈ। ਹਾਂ ਬਿਲਕੁਲ, ਜਿਸ ਤਰ੍ਹਾਂ ਥੋੜ੍ਹਾ ਬਹੁਤਾ ਤਾਂ ਹੋ ਸਕਦਾ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ 6-7 ਤੱਕ ਵੀ ਥੋੜ੍ਹਾ ਸਾਨੂੰ ਪਾਰਟੀ ਕਲਾਉਡੀ ਦੇ ਚਾਂਸਿਸ ਨੇ, ਜਿਵੇਂ ਅੱਜ 3 ਤਰੀਕ ਹੈ ਅਤੇ 5-6 ਤੱਕ ਵੀ ਸਾਨੂੰ ਲੱਗ ਰਿਹਾ ਕਿ ਇਸ ਤਰ੍ਹਾਂ ਦਾ ਰਹੂਗਾ। ਬਟ ਬਹੁਤ ਜ਼ਿਆਦਾ ਜਿਸ ਤਰ੍ਹਾਂ ਆਪਾਂ ਸਨੀ ਡੇਜ਼ 'ਚ ਕਹਿ ਰਹੇ ਹਾਂ ਉਹੋ ਜਿਹੀ ਸੰਭਾਵਨਾ ਹਾਲੇ ਹੈ ਨਹੀਂ ਗੀ। ਇਹ ਹੈ ਕਿ ਸਵੇਰੇ ਹੁਣ ਜਿਵੇਂ ਅੱਜ ਕੋਹਰਾ ਸੀ, ਕੱਲ੍ਹ ਵੀ ਬਿਲਕੁਲ, ਜੋ ਸਾਨੂੰ ਪ੍ਰੋਡਿਕਸ਼ਨ ਹੈਗੀ ਹੈ ਜੀ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਹੀ ਹੈ ਕਿ 9th ਨੂੰ ਐਕਸਪੈਕਟਡ ਹੈਗਾ ਕਿ ਆਪਾਂ ਨੂੰ ਜਿਹੜੀ ਇਹ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ। ਸੋ ਦੋਸਤੋ 2024 ਦੀ ਸ਼ੁਰੂਆਤ ਹੋ ਚੁੱਕੀ ਹੈ, ਲੇਕਿਨ ਮੁੱਦਾ ਮੌਸਮ ਨੂੰ ਲੈ ਕੇ ਆਈ ਸੀਗਾ ਕਿ ਕਦੋਂ ਇਹ ਰੈੱਡ ਅਲਰਟ ਔਰ ਔਰੇਂਜ ਅਲਰਟ ਤੋਂ ਸਾਨੂੰ ਜਿਹੜਾ ਵਾ ਥੋੜ੍ਹੀ ਜਿਹੀ ਰਾਹਤ ਮਿਲੇਗੀ। ਔਰ ਤੁਹਾਨੂੰ ਸੂਰਜ ਨੂੰ ਲੈ ਕੇ ਆ ਲੇਡੀਜ਼ ਖਾਸ ਤੌਰ 'ਤੇ ਚਿੰਤਿਤ ਸੀਗੀਆਂ, ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਹਰ ਕਿਸੇ ਨੇ ਆਪਣੇ ਕੱਪੜੇ ਧੋਣ ਦਾ ਕੰਮ ਪੈਂਡਿੰਗ ਪਿਆ ਹੋਇਆ ਸੀ, ਕਿਉਂਕਿ ਸੂਰਜ ਜਿਹੜੇ ਦੇਵਤਾ ਨੇ ਉਹ ਨਜ਼ਰ ਹੀ ਨਹੀਂ ਆ ਰਹੇ ਸੀਗੇ। ਵੱਡੀ ਗੱਲ ਇਹ ਕਿ ਅੱਜ 2024 ਦਾ ਜਿਹੜਾ ਸੂਰਜ ਹੈ ਚੜ ਚੁੱਕਾ ਜੀ ਚਿਹਰੇ ਤੇ, ਮੁਸਕਾਨਾਂ ਨੇ ਮਹਿਲਾਵਾਂ ਦੇ। ਸੋ ਕਿਸ ਪ੍ਰਕਾਰ ਦੇ ਆਉਣ ਵਾਲੇ ਦਿਨ ਕਿੱਦਾਂ ਰਹਿਣਗੇ, ਸਾਡੇ ਗੱਲ ਕਰਨ ਮੌਜੂਦ ਨੇ ਵੈਦਰ ਡਿਪਾਰਟਮੈਂਟ ਤੋਂ ਮੈਮ ਕੇ ਗਿੱਲ ਜੀ, ਤੇ ਇਹਨਾਂ ਸਵਾਗਤ ਕਰਦੇ ਹਾਂ, ਜਾਣਦੇ ਹਾਂ ਕਿ ਇਹ ਕਿਰਪਾ ਇਸ ਤਰ੍ਹਾਂ ਕਦੋਂ ਤੱਕ ਰਹੇਗੀ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਲੋਇਆ ਲਾਈਵ। ਹਾਂਜੀ ਸਤਿ ਸ਼੍ਰੀ ਅਕਾਲ। ਸੋ ਹਮ ਕਿਸ ਤਰ੍ਹਾਂ ਦੇਖਦੇ ਹਾਂ 2024 ਦਾ ਪਹਿਲਾ ਸੂਰਜ ਦੇਖਣ ਨੂੰ ਮਿਲਿਆ ਅੱਜ? ਬਿਲਕੁਲ, ਹਾਂਜੀ ਆਪਾਂ ਦੇਖ ਰਹੇ ਹਾਂ ਕਿ ਕਾਫੀ ਜਿਵੇਂ ਕ੍ਰਿਸਮਸ ਤੋਂ ਆਨਵਰਡਸ ਹੀ ਟੈਂਪਰੇਚਰਸ ਕਾਫੀ ਫਾਲ ਕੀਤੇ ਹੈ, ਔਰ ਜਿਵੇਂ ਸਾਡੇ ਕੋਲ 10 ਡਿਗਰੀ ਤੱਕ ਵੀ ਟੈਂਪਰੇਚਰ ਰਿਕਾਰਡ ਹੋਇਆ ਲੁਧਿਆਣੇ ਦਾ, ਹੈ ਨਾ। ਸੋ ਅੱਜ ਦੇਖਿਆ ਜਾ ਰਿਹਾ ਤਾਂ ਕੱਲ੍ਹ ਵੀ 12 ਡਿਗਰੀ ਸੀਗਾ, ਅੱਜ 15 ਡਿਗਰੀ ਜਿਹੜਾ ਦਿਨ ਦਾ ਟੈਂਪਰੇਚਰ ਰਿਕਾਰਡ ਹੋਇਆ। ਸੋ 2 ਕੁ ਦਿਨਾਂ ਦੇ ਵਿੱਚ ਹੀ ਆਪਾਂ ਦੇਖਿਆ ਕਿ 5 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਵੱਧ ਗਿਆ ਹੋਇਆ, ਔਰ ਸੂਰਜ ਵੀ ਥੋੜ੍ਹਾ ਜਿਹਾ ਅੱਜ ਤੋਂ ਪਿਛਾਂ ਜੀ ਦਿਖਾ ਰਿਹਾ। ਸੋ ਆਪਾਂ ਨੂੰ ਲੱਗ ਰਿਹਾ ਹੈ ਕਿ ਸਾਨੂੰ ਥੋੜ੍ਹਾ ਜਿਹਾ ਸ਼ੀਤ ਲਹਿਰ ਤੋਂ ਛੁਟਕਾਰਾ ਮਿਲ ਰਿਹਾ, ਪਰ ਬਹੁਤੀ ਜ਼ਿਆਦਾ ਰਾਹਤ ਦੀ ਹਲੇ ਸੰਭਾਵਨਾ ਨਹੀਂ ਹੈਗੀ, ਕਿਉਂਕਿ ਜਿਹੜੀ ਫੋਰਕਾਸਟ ਸਾਨੂੰ ਆਈ ਹੈ ਉਹ ਹਲੇ 7-8 ਤੱਕ ਸਾਨੂੰ ਇਸ ਤਰ੍ਹਾਂ ਦਾ ਹੀ ਮਤਲਬ ਜਿਹੜਾ ਵੈਦਰ ਆ ਉਹ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਜਿਹੜਾ ਰਾਤ ਦਾ ਤਾਪਮਾਨ ਉਹ ਵੀ ਥੋੜ੍ਹਾ ਜਿਹਾ ਘਟਿਆ ਅੱਗੇ ਨਾਲੋਂ, ਕਿਉਂਕਿ ਹੁਣ ਅੱਜ 7.56 ਡਿਗਰੀ ਰਿਕਾਰਡ ਕੀਤਾ ਜਾ ਰਿਹਾ। ਸੋ ਜਿਹੜਾ ਕਿ 9 ਡਿਗਰੀ ਤੋਂ ਫਾਲ ਹੋਇਆ। ਸੋ ਜਦੋਂ ਤੱਕ ਸਾਡਾ ਰਾਤ ਦਾ ਤਾਪਮਾਨ ਨਹੀਂ ਫਾਲ ਕਰਦਾ ਉਦੋਂ ਤੱਕ ਸਾਨੂੰ ਸਨੀ ਡੇਜ਼ ਨਹੀਂ ਦੇਖਣ ਨੂੰ ਮਿਲ ਸਕਦੇ। ਸੋ ਹਲੇ ਜਿਹੜੇ 3-4 ਦਿਨ ਨੇ ਆਪਾਂ ਕਹਿ ਸਕਦੇ ਹਾਂ ਕਿ ਵੈਸੇ ਵੀ ਕਹਿੰਦੇ ਹੁੰਦੇ ਆ ਵੀ ਲੋਹੜੀ ਤੱਕ ਜਿਹੜੀ ਠੰਡ ਹੈ ਉਹ ਪੂਰਾ ਆਪਣਾ ਜ਼ੋਰ ਦਿਖਾਉਂਦੀ ਹੈ। ਸੋ ਹਲੇ ਲੋਹੜੀ ਨੂੰ ਟਾਈਮ ਹੈਗਾ ਆ, ਅਤੇ ਬਟ ਜਿਹੜੇ ਵੈਦਰ ਦੇ ਬਹੁਤੇ ਕਲੀਅਰ ਹੋਣ ਦੇ ਚਾਂਸਿਸ ਨਹੀਂ ਹੈਗੇ, ਕਿਉਂਕਿ 9th ਔਨਵਰਡਸ ਥੋੜ੍ਹਾ ਜਿਹਾ ਸਾਨੂੰ ਕਲਾਊਡੀ ਵੈਦਰ ਦੀ ਵੀ ਪ੍ਰੇਡਿਕਸ਼ਨ ਹੈ ਕਿ ਥੋੜ੍ਹੀ ਬਹੁਤੇ ਜਿਵੇਂ ਕਲਾਊਡਸ ਹੋ ਕੇ ਬਾਰਿਸ਼ ਹੋ ਸਕਦੀ ਹੈ। ਸੋ ਬਟ ਇਹ ਹੈ ਕਿ ਇੰਨੇ ਕੁ ਸਾਨੂੰ ਜਿਹੜਾ ਅੱਜ ਧੁੱਪ ਨਿਕਲੀ ਆ ਉਹਦੇ ਨਾਲ ਹੀ ਲੋਕਾਂ ਨੂੰ ਜਿਹੜਾ ਠੰਡ ਤੋਂ ਕਾਫੀ ਰਾਹਤ ਮਿਲ ਗਈ। ਸੋ ਵੱਡੀ ਗੱਲ ਇਹ ਕਿ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਧੁੱਪ ਤੋਂ ਅੱਜ ਰਾਹਤ ਮਿਲੀ, ਲੇਕਿਨ ਅਪਕਮਿੰਗ ਡੇਜ਼ ਜਿਹੜੇ ਸਨੀ ਡੇਜ਼ ਇਸ ਤਰ੍ਹਾਂ ਦੇਖਣ ਨੂੰ ਮਿਲਣਗੇ ਕਿ ਨਹੀਂ ਮਿਲਣਗੇ, ਜਿਸ ਤਰ੍ਹਾਂ ਅੱਜ ਥੋੜ੍ਹਾ ਜਿਹਾ ਧੁੱਪ ਛਾਂ ਬਣੀ ਰਹੀ ਹੈਗੀ ਹੈ? ਹਾਂ ਬਿਲਕੁਲ, ਜਿਸ ਤਰ੍ਹਾਂ ਥੋੜ੍ਹਾ ਬਹੁਤਾ ਤਾਂ ਹੋ ਸਕਦਾ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ 6-7 ਤੱਕ ਵੀ ਥੋੜ੍ਹਾ ਸਾਨੂੰ ਪਾਰਟੀ ਕਲਾਊਡੀ ਦੇ ਚਾਂਸਿਸ ਨੇ, ਜਿਵੇਂ ਅੱਜ 3 ਤਰੀਕ ਹੈ ਅਤੇ 5-6 ਤੱਕ ਵੀ ਸਾਨੂੰ ਲੱਗ ਰਿਹਾ ਕਿ ਇਸ ਤਰ੍ਹਾਂ ਦਾ ਰਹੂਗਾ। ਬਟ ਬਹੁਤ ਜ਼ਿਆਦਾ ਜਿਸ ਤਰ੍ਹਾਂ ਆਪਾਂ ਸਨੀ ਡੇਜ਼ 'ਚ ਕਹਿ ਰਹੇ ਹਾਂ ਉਹੋ ਜਿਹੀ ਸੰਭਾਵਨਾ ਹਾਲੇ ਹੈ ਨਹੀਂ ਗੀ। ਇਹ ਹੈ ਕਿ ਸਵੇਰੇ ਹੁਣ ਜਿਵੇਂ ਅੱਜ ਕੋਹਰਾ ਸੀ, ਕੱਲ੍ਹ ਵੀ ਕੋਹਰਾ ਸੀ, ਮੀਨਸ ਜਿਵੇਂ ਸਨ ਆਊਟ ਨਹੀਂ ਸੀ, ਅਤੇ ਹੁਣ ਜਿਹੜਾ ਕੱਲ੍ਹ ਪਰਸੋਂ ਤੱਕ ਫਿਰ ਥੋੜ੍ਹੀ ਸੰਘਣੀ ਧੁੰਦੀ ਸੰਭਾਵਨਾ ਹੈਗੀ ਹੈ। ਸੋ ਉਸ ਤੋਂ ਬਾਅਦ ਫਿਰ ਪਾਰਟਲੀ ਕਲਾਊਡੀ ਹੈ, ਬਟ 9th ਤੱਕ ਸਾਨੂੰ ਲੱਗ ਰਿਹਾ ਕਿ ਕਲਾਊਡੀ ਵੈਦਰ ਵਿਦ ਸਮ ਸ਼ਾਵਰਸ ਵੀ ਐਕਸਪੈਕਟਡ ਨੇ।
ਸੋ ਜਿਸ ਤਰ੍ਹਾਂ ਦੇ ਇਹਨਾਂ ਨੂੰ ਟੈਕਸ ਦਿੱਤੇ ਗਏ ਸੀ, ਰੈੱਡ ਅਲਰਟ, ਔਰੇਂਜ ਅਲਰਟਸ, ਯੈਲੋ ਅਲਰਟਸ, ਕਿ ਇਹਨਾਂ ਵਿੱਚ ਇਸ ਸਮੇਂ ਵੈਦਰ ਕਿਸੇ ਅਲਰਟਸ ਦੇ ਵਿੱਚ ਹੈਗਾ ਜਾਂ ਉੱਥੋਂ ਬਾਹਰ ਨਿਕਲ ਚੁੱਕਿਆ ਸੀ? ਹਾਂ ਬਿਲਕੁਲ, ਰੈੱਡ ਅਲਰਟ ਤੋਂ ਤਾਂ ਅਸੀਂ ਬਾਹਰ ਨਿਕਲ ਚੁੱਕੇ ਹਾਂ, ਕਿਉਂਕਿ ਆ ਪਿੱਛੇ ਜਿਹੇ ਜਿਹੜੀ ਸ਼ੀਤ ਲਹਿਰ ਸੀਗੀ ਉਹ ਦੈਟ ਵਾਜ਼ ਦਾ ਕੋਲਡ ਟੂ ਸਵੀਅਰ ਕੋਲਡ ਵੇਵ, ਹੈ ਨਾ? ਸੋ ਉਸ ਉਹਤੋਂ ਮਤਲਬ ਅਸੀਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਹੁਣ ਯੈਲੋ ਅਲਰਟ ਦੇ ਵਿੱਚ ਹੈਗੇ ਹਾਂ। ਸੋ ਰੈੱਡ ਅਲਰਟ ਤਾਂ ਹਾਲੇ ਨਹੀਂ ਹੈ, ਬਟ ਯੈਲੋ ਅਲਰਟ ਥੋੜ੍ਹਾ ਚੱਲ ਰਿਹਾ, ਕਿਉਂਕਿ ਜਿਹੜੇ ਟੈਂਪਰੇਚਰਸ ਦੀ ਵੇਰੀਏਸ਼ਨ ਬਹੁਤ ਜ਼ਿਆਦਾ, ਜਿਹੜੇ ਨੋਰਮਲ ਨਾਲੋਂ ਟੈਂਪਰੇਚਰ ਦੀ ਵੇਰੀਏਸ਼ਨ ਮੈਕਸੀਮਮ ਦੀ ਵੀ ਹੈ, ਮਿਨੀਮਮ ਦੀ ਹੈ। ਸੋ ਜਦੋਂ ਇਹ ਵੇਰੀਏਸ਼ਨ ਜਿੰਨੀ ਦੇਰ ਰਹਿੰਦੀ ਹੈ ਉਨੀ ਦੇਰ ਤੱਕ ਅਸੀਂ ਯੈਲੋ ਅਲਰਟ 'ਚ ਹੈਗੇ ਹਾਂ, ਬਟ ਹੌਲੀ ਹੌਲੀ ਹੋ ਸਕਦਾ ਕਿ ਆਪਾਂ ਜਦੋਂ ਬਾਰਿਸ਼ ਤੋਂ ਬਾਅਦ ਦਿਨ ਕਲੀਅਰ ਹੋਣਗੇ ਤਾਂ ਅਸੀਂ ਨੋਰਮਲ ਸਿਚੁਏਸ਼ਨ 'ਚ ਆ ਜਾਵਾਂਗੇ। ਸਮੇਂ ਕਿੰਨੇ ਜ਼ਰੂਰੀ, ਕਿਉਂਕਿ ਸੁੱਕੀ ਠੰਡ ਦੀ ਬਹੁਤ ਚਰਚਾ ਚੱਲ ਰਹੀ ਹੈ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਕਿ ਸਾਡੀਆਂ ਹਾੜੀ ਦੀਆਂ ਫਸਲਾਂ ਨੇ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੁੰਦੀ ਹੈ। ਸੋ ਜੇ ਬਾਰਿਸ਼ ਪੈ ਜਾਵੇ ਤਾਂ ਸਾਨੂੰ ਉਹ ਜਿਹੜੀ ਪਾਣੀ ਦੀ ਪੂਰਤੀ ਹੋ ਜਾਂਦੀ ਹੈ। ਸੋ ਜੇ ਬਾਰਿਸ਼ ਹੋ ਜਾਂਦੀ ਹੈ ਤਾਂ ਉਹ ਕਾਫੀ ਅੱਛੀ ਹੈ, ਕਿਉਂਕਿ ਉਹਦੇ ਨਾਲ ਠੰਡ ਵੀ ਉਸ ਟਾਈਪ ਨਾਲ ਮੇਨਟੇਨ, ਕਿਉਂਕਿ ਸੁੱਕੀ ਖੰਡ ਜਿਹੜੀ ਹੈ ਇਹ ਲੋਕਾਂ ਨੂੰ ਵੀ ਖਰਾਬ ਕਰਦੀ ਹੈ, ਸਿਹਤ ਲਈ ਵੀ ਹਾਨੀਕਾਰਕ ਹੈ। ਅਤੇ ਜਿਸ ਤਰ੍ਹਾਂ ਹੁਣ ਆਪਾਂ ਸਵੇਰ ਸ਼ਾਮ ਲੋਕ ਸੈਰ ਕਰਨ ਜਾਂਦੇ ਆ, ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀਆਂ, ਕੋਈ ਮਤਲਬ ਜਿਹੜੀ ਬਰੀਦਿੰਗ ਪ੍ਰੋਬਲਮਸ ਆਉਂਦੀਆਂ ਜਾਂ ਕੁਛ ਹੈ। ਸੋ ਜੇ ਬਾਰਿਸ਼ ਹੋ ਜਾਂਦੀ ਹੈ ਤਾਂ ਸਾਨੂੰ ਇਸ ਚੀਜ਼ਾਂ ਤੋਂ ਵੀ ਨਜਾਤ ਮਿਲ ਜਾਂਦੀ ਹੈ। ਕਹਿਣ ਦੇ ਅਕੋਰਡਿੰਗ ਹੈਗੇ ਜਿਹੜੇ ਅਗਲੇ ਜਿਹੜੇ 3-4 ਦਿਨ ਹੈਗੇ ਨੇ ਉਹਦੇ 'ਚ ਅੱਧੇ ਧੁੱਪ ਛਾਂ ਥੋੜ੍ਹੀ ਦੇਖਣ ਨੂੰ ਮਿਲੇਗੀ, ਉਹ 9 ਤਰੀਕ ਦੇ ਤਕਰੀਬਨ ਜਿਹੜਾ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ। ਬਿਲਕੁਲ, ਜੋ ਸਾਨੂੰ ਪ੍ਰੋਡਿਕਸ਼ਨ ਹੈਗੀ ਹੈ ਜੀ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਹੀ ਹੈ ਕਿ 9th ਨੂੰ ਐਕਸਪੈਕਟਡ ਹੈਗਾ ਕਿ ਆਪਾਂ ਨੂੰ ਜਿਹੜੀ ਇਹ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਜੇ ਸੁੱਕੀ ਠੰਡ ਤੋਂ ਸਾਨੂੰ ਨਜਾਤ ਮਿਲ ਜਾਏਗੀ। ਥੈਂਕ ਯੂ। ਸੋ ਐਸੀ ਕਿ ਮੈਮ ਕੇ ਗਿੱਲ ਜਿਨ੍ਹਾਂ ਨੇ ਦੱਸਿਆ ਸੀ ਕਿਸ ਪ੍ਰਕਾਰ ਦੇ ਨਾਲ ਜਿਹੜਾ ਅਪਕਮਿੰਗ ਡੇਜ਼ ਹੈਗੇ ਨੇ 3-4 ਦਿਨ ਇਸ 'ਤੇ, ਜਿਸ ਤਰ੍ਹਾਂ ਕਿ ਅੱਜ ਸਵੇਰੇ ਤੁਹਾਨੂੰ ਸੂਰਜ ਦੇਖਣ ਨੂੰ ਮਿਲਿਆ ਹੈਗਾ। ਸੋ ਅਪਕਮਿੰਗ ਡੇਜ਼ ਦੇ ਵੀ ਤੁਹਾਨੂੰ ਸੂਰਜ ਦੇਖਣ ਨੂੰ ਮਿਲ ਸਕਦਾ, ਧੁੱਪ ਛਾਂ ਜਿਹੜੀ ਹੈ ਕੰਟੀਨਿਊ ਚੱਲਦੀ ਰਹਿ ਸਕਦੀ। ਲੇਕਿਨ ਫਾਈਨਲੀ ਅੱਗੇ ਜਾ ਕੇ 9 ਤਰੀਕ ਨੂੰ ਜਿਹੜਾ ਮੌਸਮ ਉਹਨੇ ਵੀ ਕਿਹਾ ਕਿ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈਗੀ ਹੈ, ਜਿਸ ਨਾਲ ਤੁਹਾਨੂੰ ਕਹਿ ਲਓ ਕਿ ਸੁੱਕੀ ਠੰਡ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈਗੀ ਹੈ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇੱਦਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਅਮਿਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ, ਧੰਨਵਾਦ, ਉਹ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।